ਸੋਸ਼ੀ ਗਾਲਜੀ ਸਰੰਦਾ ਦਾ ਸਵਾਗਤ ਇਸ ਪਰਦੇਸ ਲਾਈਵ ਪ੍ਰੋਗਰਾਮਸ ਤੇ ਦੇਖ ਰਹੇ ਤੇ ਮੈਂ ਕਪਤਾ ਸਿੰਘ ਹਾਜ਼ਰ ਜੀ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਹੈਗੇ ਨੇ ਪਰਮੇਟ ਇਸ ਸਬਸਟੋ ਮਿਸਟਰ ਭਵਨੂਰ ਸਿੰਘ ਬੇਦੀ ਤੇ ਅੱਜ ਅਸੀਂ ਸਾਲੀਆਂ ਕੰਟਰੀਜ਼ ਦੀ ਗੱਲ ਕਰਨੀ ਹੈ ਯਾਨੀ ਕਿ ਜਿੱਥੇ ਕਿ ਸਾਡੇ ਸਟੂਡੈਂਟਸ ਨੂੰ ਵੀਜ਼ਾ ਮਿਲ ਰਿਹਾ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਰਿਜੈਕਸ਼ਨਸ ਆਈਆਂ ਨੇ ਜੀ ਤੁਹਾਡੇ ਵਾਸਤੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ ਐਂਡ ਸਪੈਸ਼ਲੀ ਸਾਡੇ ਸਟੂਡੈਂਟਸ ਸਾਡੇ ਪੰਜ ਬੈਂਡ ਕਿਉਂਕਿ ਮੋਸਟਲੀ ਜਿੰਨੇ ਵੀ ਸਵਾਲ ਆਉਂਦੇ ਨੇ ਜੀ ਕੁਐਰੀਜ਼ ਆਉਂਦੀਆਂ ਨੇ ਵੀ ਸਾਡੇ ਜਿਹੜੇ ਸਾਡੇ ਸਾਢੇ 5 ਬੈਂਡ ਰਹਿ ਗਏ ਨੇ ਸੋ ਤੁਹਾਡੇ ਵਾਸਤੇ ਕੀ ਆਪਸ਼ਨ ਕੀ ਵਾਕਿਆ ਦੇ ਵਿੱਚ ਹੁਣ ਕੈਨੇਡਾ ਸਾਡੇ ਸਟੂਡੈਂਟਸ ਨੂੰ ਵੀਜ਼ਾ ਦੇਈਗਾ ਸਾਡੇ 5 ਬੈਂਡ ਦੇ ਨਾਲ ਇਹ ਸਭ ਤੋਂ ਵੱਡਾ ਸਵਾਲ ਅੱਜ ਦੀ ਡੇਟ ਦਾ ਸੋ ਇਹਦਾ ਜਵਾਬ ਦੇਣਗੇ ਜੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਵੈਲਕਮ ਟੂ ði ਸ਼ੋ ਸਰ ਔਖਾ ਸਵਾਲ ਪੁੱਛਦੇ ਆ ਜੀ ਸ਼ੁਰੂਆਤ ਦੇ ਵਿੱਚ ਹੀ ਸ਼ੁਰੂਆਤ ਹੀ ਤੁਸੀਂ ਔਖਾ ਸਵਾਲ ਪੁੱਛ ਲਿਆ ਪਤਾ ਨਹੀਂ ਅਗਲੇ ਸਵਾਲ ਕਿਦਾਂ ਦੇ ਹੋਣਗੇ ਪਾਸ ਹੋਊਂਗਾ ਕਿ ਫੇਲ ਹੋ ਜਾਊਂਗਾ ਜੀ ਸੋ ਅੱਜ ਦੀ ਘੜੀ ਵਿੱਚ ਸਾਢੇ 5 ਬੈਂਡ ਤੇ ਵੀਜ਼ਾ ਲੈਣਾ ਆਲਮੋਸਟ ਇੰਪੋਸੀਬਲ ਦਿਖ ਰਿਹਾ ਹੈ ਜੋ ਰਿਜ਼ਲਟਸ ਆ ਰਹੇ ਹਨ ਮੇਰੇ ਖਿਆਲ ਨਾਲ ਯੂ نو ਬਹੁਤ ਵੱਡੀ ਛਾਲ ਵੀ ਮਾਰ ਲਈਏ ਤੇ 25 30 ਪੈਸੇ ਅਪਰੂਵਲ ਰਹਿ ਗਿਆ ਸਾਢੇ 5 ਬੈਂਡ ਨਾਲ ਉਹ ਵੀ ਜੇ 2 ਵਿੱਚ 5.5 ਬੈਂਡ ਹੈ ਤਾਂ 10% ਅਪਰੂਵਲ ਰਹਿ ਗਿਆ ਇਸ ਤੋਂ ਵੱਧ ਅਪਰੂਵਲ 5.5 ਬੈਂਡ ਨਾਲ ਰਹਿ ਨਹੀਂ ਗਿਆ ਬਟ ਕੀ ਓਵਰঅল ਯੂ نو ਸੈਂਟੀਮੈਂਟਸ ਕੈਨੇਡਾ ਨੂੰ ਲੈ ਕੇ ਡਾਊਨ ਹੈ ਬਿਲਕੁਲ ਡਾਊਨ ਨਹੀਂ ਹੈ ਯੂ نو ਨਾ ਸਪਲਾਈ ਚ ਪ੍ਰੋਬਲਮ ਹੈ ਨਾ ਡਿਮਾਂਡਸ ਪ੍ਰੋਬਲਮ ਹੈ ਸਪਲਾਈ ਡਿਮਾਂਡ ਜਿੱਥੇ ਇੱਕ ਦੂਜੇ ਨਾਲ ਮਿਲਣ ਲੱਪੈਨ ਉੱਥੇ ਪ੍ਰੋਬਲਮ ਕਦੀ ਵੀ ਨਹੀਂ ਆਂਦੀ ਇਹ ਇੱਕ ਟੈਂਪਰਰੀ ਫੇਜ਼ ਹੈ 5.5 ਬੈਂਡ ਦਾ ਜੋ ਕਿ ਮੈਨੂੰ ਲੱਗਦਾ ਹੈ ਕਿ ਜਿੱਦਾਂ ਅਗਲਾ ਸਾਲ ਚੜੂਗਾ ਜੋ ਕਿ ਮਈ ਇਨਟੇਕ ਹੈ ਉਦੋਂ ਦੁਵਾਰਾ ਤੋਂ 5.5 ਬੈਂਡ ਤੇ ਵੀਜ਼ੇ ਦੇ ਵੀਜ਼ੇ ਆਨੇ ਸ਼ੁਰੂ ਹੋ ਜਾਣਗੇ ਕਿਉਂਕਿ ਇਹ ਲਗਭਗ ਸਾਲ ਦਾ ਐਂਡ ਹੈ ਤੇ ਐਮਬੈਸੀਆਂ ਦੇ ਵੀ ਆਪਣੇ ਕੋਟੇ ਹੁੰਦੇ ਹੋਣੇ ਆ ਤੇ ਆਮ ਸ਼ੋਰ ਕਿ ਉਸ ਦੇ ਤਹਿਤ ਰਿਫਿਊਜ਼ਲ ਵਧਰੀ ਔਰ ਇੱਕ ਚੀਜ਼ ਧਿਆਨ ਰੱਖਣ ਦੀ ਬਹੁਤ ਲੋੜ ਹੈ ਕਵਿਤਾ ਜੀ ਕਿ ਹਰ ਕੰਟਰੀ ਦਾ ਆਪਣਾ ਇੱਕ ਕੋਟਾ ਹੈ ਸੋ ਕੈਨੇਡਾ ਦਾ ਜੇ ਕੋਟਾ 1.5 ਲੱਖ ਹੈ 2 ਲੱਖ ਹੈ 2.5 ਲੱਖ ਹੈ ਮੈਨੂੰ ਨਹੀਂ ਪਤਾ ਕੀ ਹੈ ਬਟ ਜੋ ਵੀ ਉਹਨਾਂ ਦਾ ਕੋਟਾ ਹੋਏਗਾ ਆਮ ਸ਼ੋਰ ਉਹ ਕੋਟਾ ਐਸ ਡੀ ਐਸ ਦੇ ਨਾਲ ਹੀ ਪੂਰਾ ਹੋ ਰਿਹਾ ਹੋਏਗਾ ਸੋ ਜਦੋਂ ਜੇ ਤੁਸੀਂ ਇਹ ਸੋਚਿਆ ਕਿ ਮੈਂ ਆਪਣੇ ਘਰ ਦੇ ਅੰਦਰ 5 ਬੰਦੇ ਵਾਰਨੇ ਆਂ ਔਰ ਬਾਹਰ 50 ਬੰਦੇ ਖੜੇ ਆ ਤਾਂ ਤੁਸੀਂ ਪੰਜ ਜਿਹੜੇ ਬੈਸਟ ਬੰਦੇ ਆ ਉਹ ਹੀ ਲੈ ਕੇ ਆਉਂਗੇ ਨਾ ਜਿਹੜੇ ਯੂ ਨੋ ਸੂਟ ਬੂਟ ਵਾਲੇ ਜਿਹੜੇ ਦੇਖਣ ਚ ਵਧੀਆ ਕੰਟਰੀਬਿਊਟ ਕਰਨ ਕੇ ਸਾਡੇ ਪਰਿਵਾਰ ਦੇ ਵਿੱਚ ਉਹੀ ਮੈਂਬਰ ਨੂੰ ਤੁਸੀਂ ਆਪਣੇ ਘਰ ਦਾ ਸਦਸਾ ਬਣਾਉਂਗੇ ਸੋ ਉਹੀ ਚੀਜ਼ ਆ ਕੈਨੇਡਾ ਵੀ ਐਸ ਵਲੇ ਜਿਹੜੇ ਟੌਪ ਦੇ ਬੱਚੇ ਹੈ ਜਿਨ੍ਹਾਂ ਦੇ ਬੈਂਡ ਅੱਛੇ ਜਿਨ੍ਹਾਂ ਦੇ ਨੰਬਰ ਅੱਛੇ ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਅੱਛੀ ਜਿਨ੍ਹਾਂ ਦਾ ਫੈਮਿਲੀ ਬੈਕਗ੍ਰਾਉਂਡ ਅੱਛਾ ਹੈ ਜਿਨ੍ਹਾਂ ਦੀ ਟਰੈਵਲ ਹਿਸਟਰੀ ਅੱਛੀ ਉਹਨਾਂ ਨੂੰ ਹੀ ਐਸ ਵਲੇ ਤਵੱਜੂ ਦੇ ਰਿਹਾ ਹੈ ਸੋ ਇਸ ਲਈ ਇਹ 5.5 ਬੈਂਡ ਨਾਲ ਇਸ ਵਲੇ ਫਾਈਲ ਲਾਨ ਦੀ ਬਜਾਏ ਐਸ ਡੀ ਐਸ ਵਿੱਚ ਫਾਈਲ ਲਾਨ ਨਾਲ ਰਿਜ਼ਲਟ ਬੈਟਰ ਆਂਦਾ ਦਿਖ ਰਿਹਾ ਹੈ ਮਈ ਸਪਟੰਬਰ ਵਿੱਚ ਕੀ ਐ ਸਿਚੁਏਸ਼ਨ ਚੇਂਜ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਬਟ ਜਿੱਦਾਂ ਹੀ ਹੋਏਗੀ ਐਸੀ ਮੰਚ ਤੇ ਆ ਕੇ ਫੇਰ ਯੂ نو ਛਾਤੀ ਪੇਟ ਪਟਕੇ ਦਸਨ ਲੱਪ ਪੋਗੇ ਕਿ ਸਿਚੁਏਸ਼ਨ ਚੇਂਜ ਹੋ ਗਈ ਦੀ ਆਜੋ 5.5 ਪੁਆਇੰਟ ਵਾਲੇ ਵੀ ਬਟ ਐਸ ਬਲੇ ਤੇ 5.5 ਬੈਂਡ ਵਾਲਿਆਂ ਨੂੰ ਮੈਂ ਹੀ ਸੁਜੈਸ਼ਨ ਦਵਾਂਗਾ ਕਿ ਆਸਟ੍ਰੇਲੀਆ ਕਰ ਲਓ ਯੂ نو ਕੈਨ ਯੂਕੇ ਕਰ ਲਓ ਜਰਮਨੀ ਕਰ ਲਓ ਯੂਐਸਏ ਕਰ ਲਓ ਯੂਐਸਏ ਵਿੱਚ ਵੀ ਓਵਰਆਲ 6 ਇੱਕ ਵਿੱਚ 5.5 ਬੈਂਡ ਨਾਲ ਵੀਜ਼ਾ ਆਂਦਾ ਪਿਆ ਬਟ ਐਸ ਵਲੇ ਕੈਨੇਡਾ ਵਿੱਚ ਜੇ ਰਿਫਿਊਜ਼ਲ ਲੱਗ ਚੁੱਕੀ ਹੈ ਤੇ ਮੁੜ ਫਾਈਲ ਲਾ ਕੇ 10-12000 ਵੀ ਵੇਸਟ ਕਰਨ ਦੀ ਲੋੜ ਨਹੀਂ ਹੈ ਅੱਛਾ ਕੰਸਲਟੈਂਟਾਂ ਦਾ ਤੁਸੀਂ ਕਿਹਾ ਕਿ ਕੰਸਲਟੈਂਟ ਹਜੇ ਵੀ 2 ਤੇ 5.5 ਕਹੀ ਜਾ ਰਹੇ ਦੇਖੋ ਇਹ ਹਰ ਇੱਕ ਦਾ ਮੈਂ ਫੇਰ ਹਮੇਸ਼ਾ ਇੱਕੋ ਗੱਲ ਕਰਦਾ ਹਰ ਇੱਕ ਦਾ ਆਪਣਾ ਇੱਕ ਨਿੱਜੀ ਬਿਜ਼ਨਸ ਮਾਡਲ ਹੈ ਯੂ نو ਬਿਜ਼ਨਸ ਮਾਡਲ ਕੀ ਹੈ ਕਿ ਯੂ نو ਪ੍ਰੋਸੈਸਿੰਗ ਫੀਸਾਂ ਕੋਈ 25 ਲੈਂਦਾ ਹੈ ਕੋਈ 50 ਲੈਂਦਾ ਹੈ ਕੋਈ ਲੱਖ ਲੈਂਦਾ ਹੈ ਜਿੰਨਾ ਜਿਹਦਾ ਕਸਟਮਰ ਯੂ نو ਕਿਉਂਕਿ ਫਿਕਸਡ ਤਾਂ ਬਹੁਤ ਘੱਟ ਕੰਪਨੀਆਂ ਕਰਦੀਆਂ ਜਿਵੇਂ ਪਿਰਾਮਿਡ ਦੇ ਵਿੱਚ ਜੇ ਇੱਕ ਫੀਸ ਐਸ ਡੀ ਐਸ ਦੀ ਤਾਂ ਨਾ ਦੇ ਬਰਾਬਰ ਹੈ ਜੇ ਨਾਨ ਐਸ ਡੀ ਐਸ ਵੀ ਹੈ ਤਾਂ ਬੜੀ ਨਾਮ ਮਾਤਰ ਹੈ ਪਰ ਫਿਕਸਡ ਹੈ ਕਿਤੇ ਐਦਾਂ ਨਹੀਂ ਹੈ ਕਿ ਸਾਹਮਣੇ ਜਿਹੜਾ ਗਲਾਕ ਬੈਠਾ ਉਹਦੇ ਨਾਲ ਜਿੰਨੇ ਤੇ ਗੱਲ ਪੁੱਗ ਗਈ ਉਹਨਾਂ ਲੈ ਲਵਾਂਗੇ ਐਦਾਂ ਦੀ ਕੋਈ ਪਿਰਾਮਿਡ ਦੇ ਵਿੱਚ ਤੁਹਾਨੂੰ ਪ੍ਰੋਬਲਮ ਨਹੀਂ ਮਿਲੂਗੀ ਪਿਰਾਮਿਡ ਵਿੱਚ ਤੁਹਾਨੂੰ ਕਦੀ ਵੀ ਯੂ نو ਗਲਤ ਡਾਕੂਮੈਂਟ ਬਣਵਾਉਣ ਲਈ ਫੈਬ੍ਰਿਕੇਟ ਡਾਕੂਮੈਂਟਸ ਨੂੰ ਕਰਨ ਲਈ ਬਾਇਓਮੈਟ੍ਰਿਕ ਦੀ ਅਪਾਇੰਟਮੈਂਟਾਂ ਲਈ ਕਦੀ ਨਹੀਂ ਕਿਹਾ ਜਾਏਗਾ ਜੇ ਕਿਹਾ ਜਾਂਦਾ ਹੈ 92563 92563 ਤੇ ਕਾਲ ਕਰਕੇ ਰਿਪੋਰਟ ਕਰੋ ਉਸ ਮੁਲਾਜ਼ਮ ਉੱਪਰ ਇਮੀਡੀਏਟ ਐਕਸ਼ਨ ਹੋਏਗਾ ਸੋ ਸੱਚੇ ਸੁੱਚੇ ਕੇਸ ਜੇ ਸਾਡੇ ਕੋਲ ਆਂਦੇ ਆ ਤੇ ਚੰਗੀਆਂ ਯੂਨੀਵਰਸਿਟੀਆਂ ਵਿੱਚ ਚੰਗੀਆਂ ਯੂਨੀਵਰਸਿਟੀਆਂ ਜਿੱਥੇ ਅੱਗੇ ਜਾ ਕੇ ਬੱਚਾ ਪੜ੍ਹਾਈ ਕਰ ਸਕੇ ਉੱਥੇ ਭੇਜ ਕੇ ਉਹਨਾਂ ਯੂਨੀਵਰਸਿਟੀਆਂ ਚ ਭੇਜ ਕੇ ਇੱਕ ਚੰਗੀ ਭਵਿੱਖ ਵੱਲ ਬੱਚਿਆਂ ਨੂੰ ਤੋਰੀਦਾ ਹੈ ਨਾ ਕਿ ਐਸ ਭੰਬੜ ਪੂਸੇ ਚ ਪਾਈ ਰੱਖੀਦਾ ਕਿ ਯਾਰ ਇਹ ਬਨਵਾ ਲੈ ਉਹ ਕਰ ਲੈ ਅਪਾਇੰਟਮੈਂਟ ਲਈ 5000 ਰੁਪਏ ਦੇ ਦੇ ਐਦਾਂ ਦੇ ਕੰਮਾਂ ਲਈ ਆਪਾਂ ਹਮੇਸ਼ਾ ਅਵੋਇਡ ਕੀਤਾ ਬੱਚਿਆਂ ਨੂੰ ਵੀ ਕਿਹਾ ਕਿ ਐਦਾਂ ਦੇ ਕੰਮਾਂ ਵਿੱਚ ਅਵੋਇਡ ਕਰੋ ਕੁਝ ਨਹੀਂ ਰੱਖਿਆ ਸਹੀ ਕੋਰਸ ਦੀ ਚੋਣ ਕਰਨਾ ਯੂ نو ਸਹੀ ਕਾਲਜ ਦੀ ਚੋਣ ਕਰਨਾ ਸਹੀ ਢੰਗ ਨਾਲ ਐਸਓਪੀ ਲਿਖਣਾ ਫਾਈਲ ਦੀ ਪ੍ਰੈਜੈਂਟੇਸ਼ਨ ਸਹੀ ਕਰਨਾ ਇਹ ਇੱਕ ਕੰਸਲਟੈਂਟ ਦਾ ਕੰਮ ਹੈ ਸਾਡਾ ਕੰਮ ਹੈ ਉਹ ਆਪਾਂ ਬੇਖੂਬੀ ਕਰ ਰਹੇ ਆ ਏਦਾਂ ਨਹੀਂ ਕਿ ਰਿਫਿਊਜ਼ਲ ਸਾਡੀ ਨਹੀਂ ਆ ਰਹੀ ਰਿਫਿਊਜ਼ਲ ਆ ਰਹੀ ਹੈ ਐਸ ਵੇਲੇ ਓਵਰ ਆਲ ਹੀ ਰਿਫਿਊਜ਼ਲ ਮਾਰਕੀਟ ਵਿੱਚ ਬਹੁਤ ਵਧੀ ਹੋਈ ਹੈ ਬਟ ਮੋਡਿਫਾਈਲ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ ਜਾਂ ਕਿਹੜੀ ਕੰਟਰੀ 'ਚ ਲੱਗ ਕੇ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਸੈਂਕੜੋਂ ਦੀ ਤਾਦਾਦ ਦੇ ਵਿੱਚ ਰਿਫਿਊਜ਼ਲ ਕੈਂਡੀਡੇਟਸ ਦਾ ਯੂਕੇ ਦੇ ਵਿੱਚ ਜਰਮਨੀ ਦੇ ਵਿੱਚ ਯੂਐਸਏ ਦੇ ਵਿੱਚ ਪੈਰਾਮਿਡ ਪਿਛਲੇ 2 ਮਹੀਨਿਆਂ ਦੇ ਵਿੱਚ ਵੀਜ਼ਾ ਲੈ ਚੁੱਕੀ ਹੈ 2 ਮਹੀਨਿਆਂ ਦੇ ਵਿੱਚ ਕਵਿਤਾ ਜੀ ਸੈਂਕੜਾਂ ਦੀ ਤਾਦਾਦ ਜ 2 4 5 10 15 20 ਬੱਚਿਆਂ ਦਾ ਨਹੀਂ ਸੈਂਕੜਾਂ ਦੀ ਤਾਦਾਦ ਵਿੱਚ ਜਿਨ੍ਹਾਂ ਬੱਚਿਆਂ ਨੇ ਕੈਨੇਡਾ ਤੋਂ ਆਪਣੇ ਹੱਥ ਖੜੇ ਕਰਲੇ ਸੀ ਦੋ ਦੋ ਰਿਫਿਊਜ਼ਲਾਂ ਲੈ ਕੇ ਬਹਿ ਗਏ ਸੀ ਔਰ ਲੱਗ ਰਿਹਾ ਸੀ ਹੁਣ ਤਾਂ ਇਟ ਇਜ਼ ਦਾ ਐਂਡ ਆਫ ਦਾ ਵਰਲਡ ਯੂ نو ਨਾਥਿੰਗ ਇਜ਼ ਗੋਇੰਗ ਟੂ ਹੈਪਨ ਵਿਦ ਅਸ ਨਾਓ ਉਹਨਾਂ ਬੱਚਿਆਂ ਨੂੰ ਸਹੀ ਢੰਗ ਨਾਲ ਕਾਉਂਸਲਿੰਗ ਕੀਤੀ ਦੱਸਿਆ ਕਿ ਕੀ ਫਾਇਦੇ ਹੈ ਯੂ نو ਯੂਕੇ ਜਾਂਦੇ ਕੀ ਫਾਇਦੇ ਹੈ ਅਮਰੀਕਾ ਜਾਂਦੇ ਮਨਾਇਆ ਕਿਉਂਕਿ ਜਦੋਂ ਇੱਕ ਤੁਹਾਡਾ ਫਿਕਸਚਰ ਲੱਗ ਜਾਵੇ ਕਿ ਯਾਰ ਜੇ ਇਹ ਕੱਪੜਾ ਖਰੀਦਣਾ ਤਾਂ ਇਹੀ ਖਰੀਦਣਾ ਹੈ ਕੱਪੜੇ ਲਈ ਆਪਾਂ ਆਪਣੀ ਗੱਲ ਨਹੀਂ ਮੰਦੇ ਤਾਂ ਤਾਂ ਵੀ ਕੰਟਰੀ ਹੈ ਸਾਡਾ ਆਪਾ ਵੇਖਿਆ ਉਹ ਬੱਚਿਆਂ ਨੂੰ ਥੋੜਾ ਜਿਹਾ ਮਨਾਣ ਦਾ ਜਿਹੜਾ ਹੁੰਦਾ ਔਖਾ ਹੁੰਦਾ ਬਟ ਉਹ ਬੱਚਿਆਂ ਨੂੰ ਅੱਜ ਦੀ ਡੇਟ ਵਿੱਚ ਉਹ ਵਾਪਸ ਆ ਕੇ ਉਹਨਾਂ ਦੇ ਮਾਪੇ ਸੀਸਾ ਦੇ ਰਹੇ ਹੈਗੇ ਕਿਤੇ ਦੁਆਰ ਤੋਂ ਐਵੇਂ ਆਪਾਂ 2-4 ਵਾਰੀ ਫਾਈਲ ਲਾ ਕੇ ਰਿਫਿਊਜ਼ਲ ਲੰਨਦੇ ਦਾ ਬਾਕੀ ਕੰਟਰੀਆਂ ਦਾ ਵੀ ਔਖਾ ਹੋ ਸਕਦਾ ਸੀ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਅੱਜ ਆਪਾਂ 2 ਵਾਰ 3 ਵਾਰ 4 ਵਾਰ 5 ਵਾਰ ਫਾਈਲ ਤਾਂ ਲਾ ਸਕਦੇ ਆ ਕੈਨੇਡਾ ਦੀ ਐਮਬੈਸੀ ਰੋਕਦੀ ਨਹੀਂ ਹੈ ਪਰ ਜਿੰਨੀਆਂ ਰਿਫਿਊਜ਼ਲਾਂ ਦੀ ਗਿਣਤੀ ਵਧਦੀ ਰਹੂਗੀ ਉਹਨੇ ਚਾਂਸ ਬਾਕੀ ਮੁਲਕਾਂ 'ਚ ਵੀ ਵੀਜ਼ਾ ਲੈਣ ਦੇ ਘਟਦੇ ਰਹਿਣਗੇ ਇਸ ਲਈ ਵੀਜ਼ਾ ਮਿਲਣਾ ਨਹੀਂ ਤੇ ਤੁਸੀਂ ਬਾਕੀ ਕੰਟਰੀਜ਼ ਤੋਂ ਵੀ ਚਲੇਗੇ ਬਿਲਕੁਲ ਚਲੇਗੇ ਸੋ ਇਸ ਕਰਕੇ ਸੂਝ-ਬੂਝ ਦੇ ਨਾਲ ਆਪਣਾ ਕੇਸ ਇੱਕ ਚੰਗੇ ਕੰਸਲਟੈਂਟ ਨੂੰ ਦਿਓ ਜੋ ਤੁਹਾਨੂੰ ਸੱਚੀ ਸਲਾਹ ਦੇਵੇ ਕਿਉਂਕਿ ਬੱਚਿਆਂ ਨੂੰ ਤਾਂ ਬੇਸਿਕ ਚੀਜ਼ ਨਹੀਂ ਪਤਾ ਕਿ ਕੋਰਸ ਕਿਵੇਂ ਚੂਜ਼ ਕਰਨਾ ਹੈ ਕਾਲਜ ਕਿਹੜਾ ਚੰਗਾ ਹੈ ਰਿਫਿਊਜ਼ਲਾਂ ਤੋਂ ਬਾਅਦ ਤਾਂ ਵੈਸੇ ਵੀ ਸਿਰ ਤੇ ਇੰਨਾ ਭਾਰ ਪੈ ਜਾਂਦਾ ਹੈ ਕਿ ਬੱਚੇ ਨੂੰ ਸਮਝ ਹੀ ਨਹੀਂ ਆਉਂਦਾ ਕਿ ਕਿਸ ਪਾਸੇ ਜਾਈਏ ਕਿੱਧਰ ਸਲਾਹ ਲਈਏ ਕਿਹਦੀ ਗੱਲ ਸੁਣੀਏ ਅੱਛਾ ਵੈਸੇ ਹੀ ਆ ਲੈਟਸ ਦਾ ਪੇਪਰ ਦੇ ਕੇ ਆਉ ਤਾਂ 100 ਏਜੰਟਾਂ ਦੇ ਫੋਨਾਂ ਨੇ ਸ਼ੁਰੂ ਹੋ ਜਾਂਦੇ ਸ਼ਾਇਦ ਘੱਟ ਹੀ ਕਹਿ ਰਿਹਾ ਹਾਂਗਾ ਸ਼ਾਇਦ 500 ਹੀ ਹੋਣ ਯੂ نو ਬੱਚੇ ਨੂੰ ਵੈਸੇ ਲੱਗਦਾ ਪਤਾ ਨਹੀਂ ਉਹਦੇ ਕੋਲ ਚਲ ਜਾਵਾ ਏ ਕੋਲ ਚਲ ਜਾਵਾ ਬੀ ਕੋਲ ਚਲ ਜਾਵਾ ਸੀ ਕੋਲ ਚਲ ਜਾਵਾ ਜ਼ੈਡ ਕੋਲ ਚਲ ਜਾਵਾ ਕਿਉਂਕਿ ਹਰ ਬੰਦਾ ਇੰਨੀਆਂ ਵਧੀਆ ਵਧੀਆ ਗੱਲਾਂ ਕਰਦਾ ਕਿਉਂਕਿ ਗੱਲਾਂ ਦੀ ਟ੍ਰੇਨਿੰਗ ਤਾਂ ਦੇ ਹੀ ਦੀ ਹੈ ਬਟ ਕੇਸ ਕਿਵੇਂ ਨੰਘਾਣਾ ਹੈ ਥਰੂ ਕਿਵੇਂ ਕਰਾਣਾ ਉਹ ਇਸ ਚੀਜ਼ ਦੀ ਟ੍ਰੇਨਿੰਗ ਬਹੁਤ ਘੱਟ ਕੰਸਲਟੈਂਟ ਦਿੰਦੇ ਆ ਸੋ ਬੱਚਿਆਂ ਨੂੰ ਸੋਚ ਸਮਝ ਕੇ ਖਾਸ ਕਰ ਰਿਫਿਊਜ਼ਲ ਵਾਲੇ ਬੱਚਿਆਂ ਨੂੰ ਸੋਚ ਸਮਝ ਕੇ ਐਸ ਵਲੇ ਡਿਸੀਜ ਕੀਤੇ ਦੂਜੇ ਮੁਲਕ ਵਿੱਚ ਫਾਈਲ ਲਾ ਕੇ ਵੀਜ਼ਾ ਲੈ ਕੇ ਆਪਣਾ ਭੋਵੇ ਖੋਦਰ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਸ ਵੇਲੇ ਹਰ ਇੱਕ ਮੁਲਕ ਉਹ ਆਸਟ੍ਰੇਲੀਆ ਵੀ ਖੁੱਲ ਗਿਆ ਫਲਾਈਟਾਂ ਵੀ ਖੁੱਲ ਗਈਆਂ اچھا ਆਸਟ੍ਰੇਲੀਆ ਵਿੱਚ ਆਉਣ ਵਾਲੇ 1 ਸਾਲ ਵਿੱਚ 5.5 ਬੈਂਡ ਦੇ ਵੀਜ਼ੇ ਵੀ ਲੱਗੂਗੇ 2-2 3-3 ਸਾਲ ਦੇ ਗੈਪ ਵਾਲੇ ਵੀਜ਼ੇ ਵੀ ਲੱਗੂਗੇ ਮਹੀਨਾ ਪੁਰਾਣੇ ਫੰਡ ਵੀ ਰੈਕੋਗਨਾਈਜ਼ ਕਰਲੇ ਜਾਣਗੇ ਸੋ ਇਹੀ ਜੇ ਆਪਾਂ ਯੂ نو 6 ਮਹੀਨੇ ਬਾਅਦ ਆਪਣਾ ਆਸਟ੍ਰੇਲੀਆ ਲਈ ਮਨ ਬਣਾਇਆ ਤੇ 5.5 ਤੋਂ 6 ਹੋ ਚੁੱਕਾ ਹੋਣਾ ਹੈ 6 ਤੋਂ 6.5 ਹੋ ਚੁੱਕਾ ਹੋਣਾ ਹੈ ਫੰਡਿੰਗ ਕੰਮ ਹੀ ਨੇ ਤੋਂ 3 ਮਹੀਨੇ ਹੋ ਚੁੱਕੇ ਹੋ ਨੇ ਹੈ ਯੂਨੀਵਰਸਿਟੀ ਦੀ ਕੈਸ਼ 6-6 ਮਹੀਨੇ ਨਹੀਂ ਆਣੀ ਸੋ ਇਹ ਇਹਨੂੰ ਕਹਿੰਦੇ ਹੈ ਇੱਕ ਪਲੈਨਿੰਗ अर्ਲੀ अर्ਲੀ ਐਡਵਾਂਟੇਜ ਯੂ نو अर्ਲੀ ਮੂਵਰ ਐਡਵਾਂਟੇਜ ਸੋ ਜਿਹੜਾ ਜਲਦੀ ਸਟੈਪ ਚੱਕਦਾ ਉਹਨੂੰ ਫਾਇਦਾ ਜਲਦੀ ਮਿਲੇਗਾ ਜੀ ਬਿਲਕੁਲ ਸੋ ਫਿਲਹਾਲ ਹੁਣ ਤਾਂ ਅਸੀਂ ਉਹਨਾਂ ਸਟੂਡੈਂਟ ਦੀ ਵੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਹੁਣ ਇਸਵਰੀ ਐਗਜ਼ਾਮ ਦੇਣੇ ਨੇ ਆਪਣੇ ਅਗਲੇ ਸਾਲ 2 ਮਹੀਨੇ 3 ਮਹੀਨੇ ਬਚੇ ਨੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਵੀ ਐਡਮਿਸ਼ਨਸ ਲੈਣੀਆਂ ਨੇ ਬਟ ਐਡਮਿਸ਼ਨ ਤਾਂ ਪੋਸੀਬਲ ਹੋ ਪਾਣੀਆਂ ਉਹਨਾਂ ਵਾਸਤੇ ਵੀ ਜੇ ਐਡਵਾਂਸ ਦੇ ਵਿੱਚ ਅਸੀਂ ਆਪਣ ਫਿਲਹਾਲ ਜੀ ਤੁਸੀਂ ਆਸਟ੍ਰੇਲੀਆ ਦੀ ਵੀ ਹੁਣ ਗੱਲ ਸ਼ੁਰੂਆਤ ਕਰ ਹੀ ਦਿੱਤੀ ਹੈ ਰਾਈਟ ਸੋ ਆਸਟ੍ਰੇਲੀਆ ਕਾਫੀ ਟਾਈਮ ਤੋਂ ਅਸੀਂ ਇੰਤਜ਼ਾਰ ਦੇ ਵਿੱਚ ਸੀਗੇ ਆਸਟ੍ਰੇਲੀਆ ਕਿੰਨੇ ਸਾਲ ਦਾ ਗੈਪ ਐਕਸੈਪਟ ਕਰਦਾ ਇਹ ਅਜੇ ਤੱਕ ਕਨਫਿਊਜ਼ਨ ਬਣੀ ਹੋਈ ਹੈ ਕੋਈ ਕਹਿੰਦਾ ਜੀ 2 ਸਾਲ ਕੋਈ ਕਹਿੰਦਾ ਜੀ ਨਹੀਂ ਜੀ 3-4 ਸਾਲ 5 ਸਾਲ ਪਹਿਲਾਂ ਬੜੇ ਅਸੀਂ ਦੇਖਦੇ ਸੀ ਆ ਦੇਖੋ ਜੀ ਅਸੀਂ ਵੀਜ਼ਾ ਲੈ ਲਗਾ ਹੈਗਾ ਸੋ ਕਦੇ ਦੇਖਣਾ ਐਂਡ ਉਸ ਚੀਜ਼ ਨੂੰ ਕਹਿਣਾ ਬਹੁਤ ਫਰਕ ਹੈ ਦੇਖੋ ਇਹਦੇ ਉੱਪਰ ਕੋਈ ਫਿਕਸਡ ਮਾਪਦੰਡ ਤਾਂ ਕਦੇ ਵੀ ਕੋਈ ਯੂਨੀਵਰਸਿਟੀ ਔਰ ਐਮਬੈਸੀ ਨਹੀਂ ਦਿੰਦੀ ਯੂ نو ਕਿਉਂਕਿ ਪੜ੍ਹਾਈ ਦੇ ਪੜ੍ਹਾਈ ਕਰਨ ਉਹ ਨਹੀਂ ਹੈ ਬਿਲਕੁਲ ਤੇ ਕੁਝ ਯੂਨੀਵਰਸਿਟੀ ਟੂ ਯੂਨੀਵਰਸਿਟੀ ਵੈਰੀ ਕਰਦਾ ਹੈ ਕੁਝ ਯੂਨੀਵਰਸਿਟੀਆਂ 2019 ਪਾਸਵਰਡ ਬੱਚਿਆਂ ਦੀ ਵੀ ਆਫਰ ਔਰ ਕੈਸ਼ ਦੇਈ ਜਾਂਦੀਆਂ ਕੁਝ ਯੂਨੀਵਰਸਿਟੀ 2021 ਦੀ ਦੇਰੀਆਂ 2020 ਨੂੰ ਵੀ ਮਨਾ ਕਰੀ ਜਾਂਦੀਆਂ ਸੋ ਇਟ ਡਿਪੈਂਡ ਕਰਦਾ ਯੂਨੀਵਰਸਿਟੀ ਟੂ ਯੂਨੀਵਰਸਿਟੀ ਦੋ ਤਿੰਨ ਚੀਜ਼ਾਂ ਦੇ ਖੰਦੀ ਲੋੜ ਹੈ ਆਸਟ੍ਰੇਲੀਆ ਵਿੱਚ ਜਿਹੜੇ ਨਵੇਂ ਰੂਲਸ ਆਏ ਆ ਆਪਾਂ ਬੱਚਿਓ ਉਹਨਾਂ ਨੂੰ ਇੱਕ ਵਾਰੀ ਚੰਜ ਨਾਲ ਸਮਝ ਲਈਏ ਕਿਉਂਕਿ ਉਤ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆਣੀਆਂ ਸੌਖੀਆਂ ਹੋ ਜਾਣਗੀਆਂ ਵੋਕੇਸ਼ਨਲ ਡਿਪਲੋਮਿਆਂ ਨੂੰ ਪਹਿਲੇ ਯੂ ਨੋ ਵਰਕ ਪਰਮਿਟ ਨਹੀਂ ਮਿਲਦਾ ਸੀ ਹੁਣ ਵੋਕੇਸ਼ਨਲ ਡਿਪਲੋਮੇ ਜਿਹੜੇ 2 ਸਾਲ ਦੇ ਟ੍ਰੇਡ ਦੇ ਡਿਪਲੋਮੇ ਜਿਹੜੇ ਬੱਚੇ ਕਰਨਗੇ ਉਹਨਾਂ ਨੂੰ 2 ਸਾਲ ਦਾ ਵਰਕ ਪਰਮਿਟ ਪੋਸਟ ਸਟਡੀ ਵਰਕ ਪਰਮਿਟ ਮਿਲ ਸਕਦਾ ਹੈ ਗ੍ਰੇਟ ਗ੍ਰੇਟ ਡਿਗਰੀ ਵਾਲੇ ਬੱਚਿਆਂ ਨੂੰ ਵੀ 2 ਸਾਲ ਦਾ ਵਰਕ ਪਰਮਿਟ ਮਿਲੇਗਾ ਬਟ ਮਾਸਟਰਸ ਵਾਲਿਆਂ ਨੂੰ ਜਿੱਥੇ ਪਹਿਲੇ 2 ਸਾਲ ਦਾ ਮਿਲਦਾ ਸੀ ਹੁਣ 3 ਸਾਲ ਦਾ ਵਰਕ ਪਰਮਿਟ ਮਿਲਣਾ ਸ਼ੁਰੂ ਹੋ ਗਿਆ ਸੋ ਜੇ ਤੁਸੀਂ ਸਾਲ ਦੀ 2 ਸਾਲ ਦੀ ਮਾਸਟਰਸ ਤੇ ਜਾ ਰਹੇ ਹੋ 3 ਸਾਲ ਤੱਕ ਦਾ ਤੁਸੀਂ ਵਰਕ ਵੀਜ਼ਾ ਹ ਲੈ ਸਕਦੇ ਹੋ ਵਿਚ ਇਜ਼ ਵੈਰੀ ਐਵੀਡੈਂਟ ਐਂਡ ਕਲੀਅਰ ਕਿ ਮਾਸਟਰ ਸਟੂਡੈਂਟਸ ਨੂੰ ਜ਼ਿਆਦਾ ਵਧਾਵਾ ਦਿੱਤਾ ਜਾ ਰਿਹਾ ਹੈ ਅੱਛਾ ਸਕਿਲਡ ਕੈਟਾਗਰੀ ਵਿੱਚ ਕਵੀਨ ਕੁਝ ਨਵੀਆਂ ਆਕਿਊਪੇਸ਼ਨਸ ਯੂ نو ਵੋਕੇਸ਼ਨਲ ਵਿੱਚ ਵੀ ਆ ਗਈਆਂ ਹੈ ਕੁਝ ਇਗਜ਼ਿਸਟਿੰਗ ਵੀ ਸੀਗੀਆਂ ਜਿਹੜੀਆਂ ਰਿਪੀਟ ਹੋ ਗਈਆਂ ਬਟ ਮੋਟੀ ਮੋਟੀ ਗੱਲ ਹੈ ਕਿ 1 ਮਿਲੀਅਨ ਲੋਕ ਉਹਨਾਂ ਨੇ ਪੱਕੇ ਕਰਨੇ ਆਉਣ ਵਾਲੇ 3 ਸਾਲਾਂ ਚ ਕਿਉਂਕਿ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਬਹੁਤ ਜ਼ਿਆਦਾ ਉੱਥੇ ਲੋਕਾਂ ਦੀ ਲੋਡ ਹੈ ਛੋਟੇ ਛੋਟੇ ਜਿਹੜੇ ਵੇਅਰ ਹਾਊਸੇਜ਼ ਹੈ ਉੱਥੇ ਬੰਦਾ ਨਹੀਂ ਮਿਲ ਰਿਹਾ ਪੀਜ਼ਾ ਡਿਲੀਵਰੀ ਬoi ਨਹੀਂ ਮਿਲ ਰਿਹਾ ਖੇਤਾਂ ਵਿੱਚ ਯੂ نو ਕੰਮ ਕਰਨ ਵਾਲੇ ਲੋਕ ਨਹੀਂ ਮਿਲ ਰਹੇ 40 40 ਡਾਲਰ ਜਿੰਨਾ ਬੱਚਿਆਂ ਨੂੰ 15 ਡਾਲਰ ਮਿਲਦਾ ਸੀ 18 ਡਾਲਰ ਮਿਲਦਾ ਸੀ ਘੰਟੇ ਦਾ ਅੱਜ ਦੀ ਰੇਟ ਵਿੱਚ 40 40 ਡਾਲਰ ਕਮਾ ਰਹੇ ਸੋ ਐਸ ਲੈਵਲ ਤੇ ਸ਼ਾਰਟੇਜ ਸਕਿੱਲ ਸ਼ਾਰਟੇਜ ਜਨਰਲ এমਪਲੋਇਮੈਂਟ ਸ਼ਾਰਟੇਜ ਐਸ ਲੈਵਲ ਤੇ ਹੋਈ ਹੋਈ ਹੈ ਸੋ ਆਸਟ੍ਰੇਲੀਆ ਦੇ ਵੀਜ਼ੇ ਵੀ ਖੁੱਲ ਚੁੱਕੇ ਆ ਆਸਟ੍ਰੇਲੀਆ ਦੀਆਂ ਫਲਾਈਟਾਂ ਵੀ ਸ਼ੁਰੂ ਹੋ ਚੁੱਕੀਆਂ ਹੈ ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ 12ਵੀਂ ਤੋਂ ਬਾਅਦ 5.5 ਬੈਂਡ ਤੇ ਡਿਪਲੋਮਾ ਲੀਡਿੰਗ ਟੂ ਡਿਗਰੀ ਕੋਰਸ ਵਿੱਚ ਜਾਈਓ ਵੋਕੇਸ਼ਨਲ ਵਿੱਚ ਮੇਰੀ ਸਲਾਹ ਹੈ ਤੁਹਾਨੂੰ 6 ਬੈਂਡ ਤੋਂ ਘੱਟ ਫਾਈਲ ਨਾ ਲਾਣਾ ਓਕੇ ਰੀਜ਼ਨ ਦੋ ਰੀਜ਼ਨ ਪਹਿਲੀ ਗੱਲ ਤਾਂ ਡਿਪਲੋਮਾ ਹੈ ਠੀਕ ਹੈ ਹਾਂ ਠੀਕ ਹੈ ਕਿਉਂਕਿ ਡਿਪਲੋਮੀਆਂ ਨੂੰ ਆਸਟ੍ਰੇਲੀਆ ਦਾ ਹਮੇਸ਼ਾ ਨਜ਼ਰੀਆ ਯੂ ਨੋ ਥੋੜਾ ਜਿਹਾ ਘਟ ਰਿਹਾ ਹੈ ਡਾਊਨ ਰਿਹਾ ਹੈ ਇਸ ਕਰਕੇ ਆਪਾਂ ਯੂ ਨੋ ਵੋਕੇਸ਼ਨਲ ਦੇ ਵਿੱਚ ਜੇ ਜਾਣਾ ਹੈ ਹਾਲਾਂਕਿ ਕਈ ਵਾਰੀ ਅੱਦਾ ਲੱਗਦਾ ਹੈ ਕਿ ਵੋਕੇਸ਼ਨਲ ਮਤਲਬ ਹੱਥੀ ਕੰਮ ਟ੍ਰੇਡ ਦਾ ਕੰਮ ਤੇ ਬੈਂਡ ਦੀ ਕੀ ਲੋੜ ਹੈ ਬਟ ਵੋਕੇਸ਼ਨਲ ਡਿਪਲੋਮਾ ਹੋਣ ਕਰਕੇ ਜਿੰਨੇ ਆਪਾਂ ਬੈਂਡ ਇੰਪਰੂਵ ਕਰਾਂਗੇ ਜਿੰਨੇ ਫੰਡ ਸਹੀ ਤਰੀਕੇ ਨਾਲ ਦਿਖਾਵਾਂਗੇ ਉਹਨਾਂ ਕੇਸ ਲੱਗਣ ਦੇ ਵੀਜ਼ੇ ਵੱਧਣ ਦੇ ਵੱਧ ਜਾਣਗੇ ਯੋਉ ਨੋ ਸੋ ਛੇ ਬੈਂਡ ਤੇ ਵੋਕੇਸ਼ਨਲ ਵਿੱਚ ਜੇ ਫਾਈਲ ਲਾਨੀ ਹੋਊਗੀ ਛੇ ਬੈਂਡ ਤੇ ਲਾਣਾ 2 ਸਾਲ ਦਾ ਜਿਹੜਾ ਡਿਪਲੋਮਾ ਹੁੰਦਾ ਹੈ ਜੇ 5.5 ਤੇ ਲਾਨਾ ਹੈ ਤਾਂ ਡਿਪਲੋਮਾ ਲੀਡਿੰਗ ਟੂ ਡਿਗਰੀ ਸਾਲ ਡਿਪਲੋਮਾ ਔਰ ਉਸੇ ਕਾਲਜ ਵਿੱਚ ਜਾਂ ਉਹਦੇ ਪਾਰਟਨਰ ਯੂਨੀਵਰਸਿਟੀ ਵਿੱਚ ਡਿਗਰੀ ਵੀਜ਼ਾ 3 ਸਾਲ ਦਾ ਹੀ ਲੱਗ ਕੇ ਆਊਗਾ ਸੋ 5.5 ਬੈਂਡ ਵੀ ਪੋਸੀਬਲ ਹੈ 6 ਬੈਂਡ ਵੀ ਪੋਸੀਬਲ ਹੈ ਅੱਛਾ ਪੋਸਟ ਗ੍ਰੈਜੂਏਟ ਡਿਪਲੋਮੇ ਤੇ ਵੀ 2 ਸਾਲ ਦੇ ਡਿਪਲੋਮੇ ਤੇ ਵੀ 3 ਸਾਲ ਦਾ ਵਰਕ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਅੱਛਾ ਮਾਸਟਰਸ ਡਿਗਰੀ ਤੇ ਯੂ نو ਵੀ 3 ਸਾਲ ਦਾ ਵਰਕ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਬਟ ਮਾਸਟਰਸ ਵਿੱਚ ਵੀ ਯੂ نو ਇਨਫੋਰਮੇਸ਼ਨ ਟੈਕਨੋਲੋਜੀ ERP ਅਗਰ ਬਿਜ਼ਨਸ ਵਿੱਚ ਜਾਣਾ ਹੈ ਐਧਾ ਦੇ ਪ੍ਰੋਗਰਾਮਸ ਜਿਨ੍ਹਾਂ ਦੇ ਤੁਹਾਨੂੰ ਸਕਿੱਲ ਸ਼ਾਰਟੇਜ ਹੋਣ ਦੇ ਕਰਕੇ 10.5 ਪੁਆਇੰਟ ਐਕਸਟਰਾ ਮਿਲ ਸਕਦੇ ਆ ਜੇ ਉਹਦਾ ਦਾ ਪ੍ਰੋਗਰਾਮ ਚੂਜ਼ ਕਰੋਗੇ ਤੇ ਯੂ ਵਿਲ ਹੈਵ ਅ ਮੱਚ ਬੈਟਰ ਰਿਸਪਾਂਸ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਯੂ نو ਮਾਸਟਰਸ ਆਫ ਰਿਸਰਚ ਦਾ ਇੱਕ ਪ੍ਰੋਗਰਾਮ ਹੈ ਜਿਨ੍ਹਾਂ ਬੱਚਿਆਂ ਨੇ ਮਾਸਟਰਸ ਆਫ ਰਿਸਰਚ ਇਨ ਇਨਫੋਰਮੇਸ਼ਨ ਟੈਕਨੋਲੋਜੀ ਜਿਨ੍ਹਾਂ ਬੱਚਿਆਂ ਨੇ ਬੀਟੈਕ ਕੰਪਿਊਟਰ ਸਾਇੰਸ ਕੀਤੀ ਹੈ ਜਿਨ੍ਹਾਂ ਬੱਚਿਆਂ ਨੇ ਬੀਟੈਕ ਯੂ نو ਆਈਟੀ ਕੀਤੀ ਹੈ ਜਿਨ੍ਹਾਂ ਬੱਚਿਆਂ ਨੇ ਬੀਸੀਏ ਕੀਤੀ ਹੈ ਤਿੰਨ ਸਾਲਾਂ ਦੀ ਚਾਹੇ अगर वो बच्चे रिसर्च दी फील्ड ਵਿੱਚ ਪੜਨਾ ਚਾਹੁੰਦੇ ਹੈ ਜਾਣਾ ਚਾਹੁੰਦੇ ਹੈ ਔਰ 6.5 each 6 ਹੈ ਤੇ ਦੇ ਕੈਨ ਸਟਾਰਟ ਦਿਸ ਪ੍ਰੋਗਰਾਮ ਮਾਸਟਰਸ ਇਨ ਰਿਸਰਚ ਜੋ ਕਿ 2 ਸਾਲਾਂ ਦਾ ਪ੍ਰੋਗਰਾਮ ਹੈ ਤੇ ਪਹਿਲੇ ਦਿਨ ਤੋਂ ਫੁੱਲ ਟਾਈਮ ਵਰਕ ਵੀਜ਼ਾ ਤੁਹਾਨੂੰ ਮਿਲ ਸਕਦਾ ਹੈ ਅੱਛਾ ਬੀਖੋ ਇਨੀ ਆਪਰਚੁਨਿਟੀ ਮਿਲ ਰਹੀ ਹੈ ਫਲਾਹ ਫੁੱਲ ਟਾਈਮ ਕਵਿਤਾ ਜੀ ਫੁੱਲ ਕਵਿਤਾ ਜੀ ਫੁੱਲ ਟਾਈਮ ਵਰਕ ਵੀਜ਼ਾ ਫਰਮ ਦ ਡੇ 1 ਔਰ ਸਪਾਊਸ ਨੂੰ ਵੀ ਫੁੱਲ ਟਾਈਮ ਵਰਕ ਵੀਜ਼ਾ ਸੋ ਵਿਚ ਮੀਨਸ ਕਿ ਮਾਸਟਰਸ ਆਫ ਰਿਸਰਚ ਵਿੱਚ ਜਾਣ ਵਾਲੇ ਬੱਚੇ 5 ਸਾਲ ਦਾ ਪੋਸਟ ਸਟੱਡੀ 5 ਸਾਲ ਦਾ ਵਰਕ ਵੀਜ਼ਾ ਮੋਟਾ ਮੋਟਾ 2 ਸਾਲ ਡਿਊਰਿੰਗ ਸਟੱਡੀ 3 ਸਾਲ ਪੋਸਟ ਸਟੱਡੀ 5 ਸਾਲ ਦਾ ਫੁੱਲ ਟਾਈਮ ਵਰਕ ਵੀਜ਼ਾ ਮਾਸਟਰਸ ਆਫ ਰਿਸਰਚ ਵਿੱਚ ਜਾ ਕੇ ਹਾਸਲ ਕਰ ਸਕਦੇ ਹੈ ਸੀਟਾ ਲਿਮਿਟਿਡ ਹੈ ਘੱਟ ਸੀਟਾਂ ਹੈ ਯੂ نو 30 ਬੱਚਿਆਂ ਦੀ ਹੀ ਰਿਕੁਆਇਰਮੈਂਟ ਹੈ ਜੁਲਾਈ ਇਨਟੇਕ ਹੈ ਸੋ ਬੀਟੈਕ ਕੰਪਿਊਟਰ ਸਾਇੰਸ ਬੀਟੈਕ ਆਈਟੀ ਯੂ نو ਐਂਡ ਦੈਨ ਬੀਸੀਏ 6.5 each 6 ਸਾਲ 2 ਸਾਲ ਦਾ ਐਕਸਪੀਰੀਅੰਸ ਹੈ ਜਿਆਦਾ ਬੈਟਰ ਹੈ ਨਹੀਂ ਹੈ ਤਾਂ ਵੀ ਚਲ ਜਾਏਗਾ 60% ਤੋਂ ਉੱਪਰ ਨੰਬਰ ਚਾਹੀਦੇ ਹੈ ਬਾਕੀ ਐਲਓਆਰਸ ਐਸਓਪੀ ਵਿੱਚ ਪਿਰਾਮਿਡ ਤੁਹਾਨੂੰ ਫਾਰਮੈਟਸ ਦੇ ਦੇਗਾ ਤੁਸੀਂ ਯੂਨੀਵਰਸਿਟੀਆਂ ਨਾਲ ਜਾ ਕੇ ਆਪਣਾ ਉਹ ਬਣਵਾ ਸਕਦੇ ਹੋ ਐਸਓਪੀਸ ਆਪਾਂ ਇਹੀ ਇਨਕਰੇਜ ਕਰਾਂਗੇ ਕਿ ਆਪ ਲਿਖੋ ਕੋਈ ਕਰੈਕਸ਼ਨ ਚਾਹੀਦੀ ਹੋਊਗੀ ਕੋਈ ਹੈਲਪ ਚਾਹੀਦੀ ਹੋਊਗੀ ਵੀ ਵਿਲ ਬੀ देयर ਟੂ ਹੈਲਪ ਯੂ ਆਊਟ ਬਟ ਇਟ ਇਜ਼ ਅ ਵੈਰੀ ਐਕਸਕਲੂਸਿਵ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਆਪਣਾ ਸਪਾਊਸ ਵੀ ਲੈ ਕੇ ਜਾ ਸਕਦੇ ਹੋ और उत्थे जाके लगभग पांच साल फुल टाइम इम्पलॉयमेंट हासिल कर सकते हो सो इट्स अ ग्रेट प्रोग्राम इस अलावा होर भी दो साल दे स्टडी बेस्ड मास्टर प्रोग्राम्स भी अवेलेबल है वोकेशनल डिप्लोमास भी अवेलेबल है सो ऑस्ट्रेलिया इस टाइम ते अगर जाना है तो दिस इज द राइट टाइम ग्रेट छे महीने बाद हाँ। नहीं एक साल बाद नहीं हाँ। हाँ। If you want to go to Australia this is the right time today is the right time come to us we'll definitely help you ji de ohde waste same number jo screen de utte flash ho re ne hone call kar lo apne tussi appointment leke ve visit karna tha inna de jalandhar office tussi zarur ek wari visit kar sakde ho apne original documents leke so filhal acha tussi MBA di i think Germany di bhi gal das rahe ho ha oh kitta possible kinna waste bachche IELTS nahi kar pande hai you know they can also go to you know Germany without IELTS accept ਹੁੰਦਾ ਹੈ ਦੇਖੋ ਅੰਡਰ ਗ੍ਰੈਜੂਏਟ ਦੀ ਅਪ pointment ਨਹੀਂ ਮਿਲ ਰਹੀ ਤਾਂ ਮਾਸਟਰਸ ਦੀ ਅਪ pointment ਵਿੱਚ ਕੋਈ ਪ੍ਰੋਬਲਮ ਨਹੀਂ ਹੈ ਸੋ ਮਾਸਟਰਸ ਦੀ ਅਪ pointment ਦੇ ਲਈ ਯੂ ਕੈਨ ਡੈਫੀਨਿਟਲੀ ਕੰਟੈਕਟ ਯੂ نو ਕੰਟੈਕਟ ਅਸ ਐਂਡ ਜਰਮਨੀ ਦੇ ਲਈ ਆਪਾਂ ਵੀ ਕੈਨ ਡੈਫੀਨਿਟਲੀ ਹੈਲਪ ਯੂ ਵਿਦਆਊਟ ਆਇਲਸ ਮਿਲ ਸਕਦੀ ਉਹ ਤੋਂ ਬਾਅਦ ਅੱਗੇ ਫਰਦਰ 18 ਤੋਂ 24 ਮਹੀਨੇ ਦਾ ਤੁਸੀਂ ਤੁਹਾਨੂੰ ਸਟੇ ਬੈਕ ਆਪਸ਼ਨ ਮਿਲੇਗੀ 5 ਸਾਲ ਦੀ ਸਟੇ ਹੋ ਗਈ ਤੇ ਪੱਕੇ ਵੀ ਹੋ ਸਕਦੇ ਹੋ ਯੂ ਕੈਨ ਬੀ ਯੂ نو देयर ਰੈਜ਼ੀਡੈਂਸ ਐਸ ਵੈਲ ਸੋ ਜਰਮਨੀ ਆਲਸੋ ਫਾਰ ਮਾਸਟਰ ਸਟੂਡੈਂਟਸ ਜਿਨ੍ਹਾਂ ਨੇ ਚਾਹੇ ਬੀਏ ਕਿਉਂ ਨਹੀਂ ਕੀਤੀ ਬੀਬੀਏ ਬੀਸੀਏ ਕੋਈ ਵੀ ਫੀਲਡ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਯੂ you نو know, 55% ਤੋਂ ਉੱਪਰ ਨੰਬਰ ਹੈ ਐਂਡ ਇਫ ਇੰਟਰਸਟ ਹੈ ਜਰਮਨੀ ਜਾਣ ਲਈ ਪਿਰਾਮਿਡ ਦੇ ਕੋਲ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਵੀ ਵਿਲ ਬੀ ਏਬਲ ਟੂ ਡੈਫੀਨਿਟਲੀ ਹੈਲਪ ਯੂ ਵਿਦ ਥੈਟ ਐਸ ਵੈਲ ਜੀ ਸੋ ਜਰਮਨੀ ਸਟੱਡੀ ਵੀਜ਼ਾ ਵਿਦਆਊਟ ਆਇਲਸ ਐਂਡ ਐਮਬੀਏ ਵਾਸਤੇ ਤੁਸੀਂ ਕਹਿ ਰਹੇ ਹੋ ਮਾਸਟਰ ਮਾਸਟਰਸ ਵਾਸਤੇ ਪ੍ਰਾਇਮਰੀਲੀ ਮਾਸਟਰਸ ਵਾਸਤੇ ਸੋ ਇਸ ਤੋਂ ਇਲਾਵਾ ਜਿੱਦਾਂ ਅਸੀਂ ਪਹਿਲਾਂ ਆਸਟ੍ਰੇਲੀਆ ਦੀ ਵੀ ਗੱਲ ਕੀਤੀ ਆ ਕੈਨੇਡਾ ਦੀ ਅਸੀਂ ਗੱਲ ਕਰ ਚੁੱਕੇ ਆ ਸੋ ਹਮੇਸ਼ਾ ਮੈਂ ਕਿਤਨਾ ਕਿਤੇ ਨਿਕਲ ਕੇ ਆਇਆ ਐਂਡ ਮੋਰਲ ਆਫ ਦਾ ਸਟੋਰੀ ਕਿ ਜਿਹੜੇ ਸਾਡੇ ਸਟੂਡੈਂਟਸ ਨੇ ਉਹ ਆਪਣਾ ਪ੍ਰੋਗਰਾਮ ਨਹੀਂ ਪ੍ਰੋਪਰਲੀ ਦੇਖ ਰਹੇ ਜਾਂ ਫਿਰ ਜਿਹੜੇ ਤੁਸੀਂ ਕਾਲਜ ਹੈ ਯੂਨੀਵਰਸਿਟੀ ਦੀ ਸਿਲੈਕਸ਼ਨ ਜਿਹੜੀ ਆ ਉਹ ਸਹੀ ਤਰੀਕੇ ਨਾਲ ਸਾਡੀ ਸ਼ਾਇਦ ਨਹੀਂ ਹੋ ਪਾਂਦੀ ਰਾਈਟ ਹੁਣ ਯੂਨੀਵਰਸਿਟੀ ਦੀ ਗੱਲ ਕੀਤੀ ਆ ਤਾਂ ਯੂਕੇ ਦੀ ਮੈਂ ਜੇ ਗੱਲ ਕਰਾਂ ਤਾਂ ਸਿਰਫ ਉੱਥੇ ਸਰਕਲ ਯੂਨੀਵਰਸਿਟੀਆਂ ਦੇ ਆਪਸ਼ਨਸ ਹੈ ਰਾਈਟ ਹੁਣ ਯੂਨੀਵਰਸਿਟੀ ਦੀ ਰਿਸਰਚ ਜਿਹੜੀ ਆ ਉਹ ਯਾਨੀ ਯੂਕੇ ਦੇ ਵਾਸਤੇ ਉਹ ਕਿੱਦਾਂ ਕਰਨੀ ਆ ਸਟੂਡੈਂਟਸ ਨੇ ਸੋ ਦੇਖੋ ਬੇਸਿਕਲੀ ਯੂਕੇ ਯੂਨੀਵਰਸਿਟੀਸ ਆਸਟ੍ਰੇਲੀਅਨ ਯੂਨੀਵਰਸਿਟੀਸ ਕੈਨੇਡਾ ਯੂਨੀਵਰਸਿਟੀਸ ਦੀ ਰਿਸਰਚ ਲਈ ਤੁਸੀਂ ਸਾਡੀ ਵੈਬਸਾਈਟ ਤੇ ਵੀ ਆ ਸਕਦੇ ਹੋ ਜੋ ਕਿ ਯੂ نو ਬੇਸਿਕਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣੀ ਹੈ ਮਸ਼ੀਨ ਲਰਨਿੰਗ ਪ੍ਰੋਗਰਾਮਸ ਚੱਲ ਰਹੇ ਹੈ ਜੋ ਕਿ ਤੁਹਾਡੇ ਬਿਹੇਵੀਅਰ ਨੂੰ ਸਮਝ ਕੇ ਆਟੋਮੈਟਿਕਲੀ ਚੇਂਜ ਹੋ ਰਹੀ ਹੈ ਵੈਬਸਾਈਟ ਸੋ ਤੁਸੀਂ ਸਾਡੀ ਵੈਬਸਾਈਟ pyramidvisa.com ਜਾਂ pyramideservices.com ਤੇ ਆ ਕੇ ਵੀ ਕੋਰਸ ਸਰਚ ਇੰਸਟੀਟਿਊਸ਼ਨ ਸਰਚ ਕਰ ਸਕਦੇ ਹੋ ਅਦਵਾਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰਸ نیچے ਡਿਸਪਲੇ ਹੈ 925392563 you know and then fix up an appointment with the visa counselor we are very well trained in selection of a university a particular program in a university so piche je kuch bachiyan da you know masters de vich admission layi uk university vich utthe ohna di rejection aa gayi acha oh bachiyan nu appa take up kita sop fair rewrite kiti o di file di presentation change kiti same university ch file pai pehle kisi hor agent valo si appa pai oda o di o di offer vi aa gayi cas vi aa gayi visa vi aa gaya ਸੋ ਬੇਸਿਕਲੀ ਇਟ ਇਜ਼ ਹਾਊ ਯੂ ਪ੍ਰੀਜ਼ੈਂਟ ਇਟ ਵੀ ਅੰਡਰਸਟੈਂਡ ਹਾਊ ਟੂ ਪ੍ਰੀਜ਼ੈਂਟ ਇਟ ਸੋ ਇਫ ਯੂ ਕਮ ਟੂ ਅਸ ਵੀ ਵਿਲ ਡੈਫੀਨਿਟਲੀ ਹੈਲਪ ਯੂ ਆਸ ਅੜਿਕ ਲਾਉਂਗੇ ਤੇ ਸਾਨੂੰ ਪਤਾ ਹੈ ਕਿ ਤੁਹਾਡੀ ਮਦਦ ਕਿੱਦਾਂ ਕਰਨੀ ਹੈ ਕਿਹੜੀ ਤੁਹਾਡੇ ਫਾਈਲ ਦੇ ਵਿੱਚ ਜਿਹੜੇ ਲਕੂਨਸ ਜਿਹੜੇ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਪ੍ਰੀਜ਼ੈਂਟ ਕਰ ਸਕਦੇ ਹਾਂ ਕਿਉਂਕਿ ਹਰ ਇੱਕ ਕੇਸ ਸਪੈਸ਼ਲ ਹੈ ਹਰ ਇੱਕ ਇਨੋ ਕੇਸ ਦੇ ਵਿੱਚ ਆਪਣੀ ਕੋਈ ਸਟਰੈਂਥਸ ਹੈ ਆਪਣੀ ਕੋਈ ਵੀਕਨੈਸਸ ਹੈ ਵੀਕਨੈਸ ਆਪਾਂ ਛੁਪਾਨੀਆਂ ਨਹੀਂ ਹੈ ਆਪਾਂ ਦੱਸਣੀਆਂ ਹੈ ਕਿਉਂਕਿ ਦਸਨਲ ਹਲ ਹੀ ਨਿਕਲਦਾ ਹੈ ਜੇ ਜਦੋਂ ਆਪਾਂ ਕੋਈ ਚੀਜ਼ ਲੁਕਾ ਲੈਂਦੇ ਆ ਤੇ ਅਲਟੀਮੇਟਲੀ ਫਿਰ ਪੂਰੀ ਜ਼ਿੰਦਗੀ ਉਹ ਚੀਜ਼ ਲੁਕਾਣੀ ਪੈਂਦੀ ਹੈ ਪੂਰੀ ਜ਼ਿੰਦਗੀ ਯਾਦ ਰੱਖਣਾ ਪੈਂਦਾ ਕਿ ਇਹ ਚੀਜ਼ ਲੁਕਾਈ ਸੀ ਹੈ ਕਿ ਨਹੀਂ ਝੂਠ ਬੋਲਦੇ ਆ ਅੱਜ ਆਪਾਂ ਤੇ ਪੂਰੀ ਜ਼ਿੰਦਗੀ ਯਾਦ ਰੱਖਣਾ ਪੈਂਦਾ ਕਿ ਯਾਰ ਉਸ ਫਲਾਣੇ ਬੰਦੇ ਨੂੰ ਆਪਾਂ ਇਹ ਝੂਠ ਬੋਲਿਆ ਸੀ ਨਹੀਂ ਤੇ ਐਕਸਪੋਜ਼ ਹੋ ਜਾਾਂਗੇ ਬਦਨਾਮੀ ਹੋ ਜਾਊਗੀ ਇਹੀ ਚੀਜ਼ ਸਾਡੀ ਫਾਈਲ ਚ ਵੀ ਹੈ ਜੇ ਝੂਠ ਬੋਲਾਂਗੇ ਤੇ ਪੂਰੀ ਜ਼ਿੰਦਗੀ ਯਾਦ ਰੱਖਣਾ ਪੈਣਾ ਹੈ ਜੇ ਸੱਚ ਦੱਸ ਕੇ ਉਹਦੇ ਪਿੱਛੇ ਰੈਸ਼ਨਲ ਦਵਾਂਗੇ ਐਕਸਪਲੇਨੇਸ਼ਨ ਦਵਾਂਗੇ ਤੇ ਐਮਬੈਸੀ ਵੀ ਸਮਝਦੀ ਐ ਵੀਜ਼ਾ ਵੀ ਲੱਗੂਗਾ ਔਰ ਯਾਦ ਵੀ ਰੱਖਣ ਦੀ ਲੋੜ ਨਹੀਂ ਅੱਛਾ ਵਾਪਸ ਆ ਕੇ ਏਜੰਟ ਦੇ ਤਰਲੇ ਕਰਨ ਦੀ ਵੀ ਲੋੜ ਨਹੀਂ ਨਹੀਂ ਤਾਂ ਦੇਖੀਦਾ ਕੀ ਐ ਉਹ ਭਾਈ ਫਾਈਲ ਦੇ ਦੋ ਕਿਉਂਕਿ ਸਾਨੂੰ ਪਤਾ ਨਹੀਂ ਐ ਕਿ ਉਸ ਫਾਈਲ ਚ ਆਪਾਂ ਲਿਖਿਆ ਕੀ ਸੀ 5 ਸਾਲ ਬਾਅਦ ਬੱਚੇ ਤੁਰੇ ਆਂਦੇ ਸਾਂ ਇਹਨੂੰ ਸਾਨੂੰ ਯਾਦ ਹੀ ਨਹੀਂ ਫਾਈਲ ਚ ਲਿਖਿਆ ਕੀ ਸੀ ਅੱਛਾ ਏਜੰਟ ਕਿੰਦਾ ਜੀ 25000 ਦੇ ਦੋ 50000 ਦੇ ਦੋ ਲੱਖ ਦੇ ਦੋ ਫਾਈਲ ਚੜਾਂ ਚ ਸੋ ਐਵੀ ਇੱਕ ਵੱਖਰਾ ਹੀ ਰੈਕਟ ਹੈ ਜੋ ਕਿ ਚੱਲ ਰਿਹਾ ਹੁੰਦਾ ਹੈ ਜੋ ਕਿ ਬੱਚੇ ਆ ਕੇ ਦੱਸਦੇ ਆ ਤਾਂ ਸਾਨੂੰ ਸਮਝ ਆਂਦੀ ਹੈ ਸੋ ਪਹਿਲੇ ਹੀ ਸਾਰੀਆਂ ਚੀਜ਼ਾਂ

thank you